ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਕਾਰਵਾਈ ਐਕਸ਼ਨ ਕਰਨ ਦੇ ਦੌਰਾਨ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਹੋਈਆਂ ਇਸ ਨੂੰ ਲੈ ਕੇ ਇੱਕ ਪਟੀਸ਼ਨ ਵੀ ਹਾਈ ਕੋਰਟ ਤੱਕ ਪਹੁੰਚੀ ਹਾਲੇ ਉਸ ਪਟੀਸ਼ਨ ਤੇ ਸੁਣਵਾਈ ਹੋਣੀ ਬਾਕੀ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੌਲੀ-ਹੌਲੀ ਰਾਤ ਦੇਣੀ ਸ਼ੁਰੂ ਕਰ ਦਿੱਤੀ ਹੈ ਇੰਟਰਨੈਟ ਸੇਵਾ ਦੇ ਮਸਲੇ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਇੰਟਰਨੈਟ ਦੇ ਉੱਤੇ ਸੇਵਾਵਾਂ ਦੇ ਉੱਤੇ ਨਿਰਭਰ ਹੈ ਉਸ ਦੇ ਕੰਮਕਾਜ ਵੀ ਔਰ ਬੱਚਿਆਂ ਦੀ ਪੜ੍ਹਾਈ ਲਿਖਾਈ ਵੀ ਸਾਰਿਆਂ ਦੇ ਉੱਤੇ ਜਿਹੜਾ ਪ੍ਰਭਾਵ ਪੈ ਰਿਹਾ ਸੀ ਹੁਣ ਪੰਜਾਬ ਸਰਕਾਰ ਨੇ ਜਿਹੜੀ ਇੰਟਰਨੈਟ ਦੀ ਸੇਵਾ ਕਿੱਥੇ-ਕਿੱਥੇ ਬਹਾਲ ਕਰ ਦੇਣੀ ਹੈ ਔਰ ਕਿੱਥੇ-ਕਿੱਥੇ ਹਾਲੇ ਵੀ ਇੰਟਰਨੈਟ ਬੰਦ ਰਹੇਗਾ ਇਸ ਬਾਰੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਖੁੱਲ ਜਾਵੇਗੀ ਬਹਾਲ ਹੋ ਜਾਵੇਗੀ ਪਰ ਪੰਜਾਬ ਦੇ ਚਾਰ ਜ਼ਿਲ੍ਹੇ ਜਿਹੜੇ ਪੂਰਨ ਰੂਪ ਦੇ ਵਿੱਚ ਇੰਟਰਨੈਟ ਸੇਵਾ ਜਿੱਥੇ ਬੰਦ ਰਹੇਗੀ ਉਹ ਚਾਰ ਜ਼ਿਲ੍ਹੇ ਕਿਹੜੇ ਨੇ ਔਰ ਦੋ ਜ਼ਿਲ੍ਹੇ ਉਹ ਨੇ ਜਿੱਥੇ ਕੁਝ ਹਿੱਸਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਸੌਤ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਅਜਨਾਲਾ ਜਿੱਥੇ 23 ਫਰਵਰੀ ਨੂੰ ਅਮਰਿਤਪਾਲ ਤੇ ਉਸਦੇ ਸਾਥੀਆਂ ਦੇ ਵੱਲੋਂ ਥਾਣੇ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਉਸ ਘਟਨਾ ਦੇ ਬਿਹਾਫ ਦੇ ਉੱਤੇ ਹੀ ਆਧਾਰ ਬਣਾ ਕੇ 1 ਮਹੀਨੇ ਬਾਅਦ ਤਕਰੀਬਨ ਜਿਹੜੇ ਪੁਲਿਸ ਨੇ ਐਕਸ਼ਨ ਕੀਤਾ ਸੈਂਟਰ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਉੱਥੇ ਵੀ ਇੰਟਰਨੈਟ ਸੇਵਾ ਜਿਹੜੀ ਉਹ ਅਗਲੇ 24 ਘੰਟਿਆਂ ਤੱਕ ਫਿਲਹਾਲ ਬੰਦ ਰਹੇਗੀ ਇਸੇ ਤਰ੍ਹਾਂ ਜ਼ਿਲ੍ਹਾ ਮੁਹਾਲੀ ਦੀ ਗੱਲ ਕਰੀਏ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਗਵਾਂਢੀ ਜ਼ਿਲ੍ਹਾ ਜਿੱਥੇ ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ ਹੈ ਉੱਥੇ ਵਾਈਪੀਐਸ ਚੌਂਕ ਦੇ ਵਿੱਚ ਵੀ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਤੇ ਜਿਹੜਾ 에어ਪੋਰਟ ਰੋਡ ਹੈ ਉਸ ਦੇ ਨਾਲ ਲੱਗਦੇ ਜਿਹੜੇ ਖੇਤਰ ਨੇ ਉੱਥੇ ਵੀ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਖਾਸ ਕਰਕੇ ਸੁਹਾਣਾ ਜਿਹੜਾ ਪਿੰਡ ਪੈਂਦਾ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ 에어ਪੋਰਟ ਰੋਡ ਦੇ ਬਿਲਕੁਲ ਉੱਤੇ ਉੱਥੇ ਵੀ ਰੋਸ ਦੇ ਵਜੋਂ ਕੁਝ ਪ੍ਰਦਰਸ਼ਨਕਾਰੀ ਬੈਠੇ ਨੇ ਕਿ ਅਮਰਿਤਪਾਲ ਦੇ ਉੱਤੇ ਜਿਹੜਾ ਲਿਆ ਗਿਆ ਐਕਸ਼ਨ ਸਰਾ ਸਰ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਉਸ ਨੂੰ ਲੈ ਕੇ ਉਹ ਇਲਾਕਾ ਵੀ ਹੈ ਖੇਤਰ ਵੀ ਹੈ ਜਿੱਥੇ ਪੰਜਾਬ ਸਰਕਾਰ ਨੂੰ ਲੱਗਿਆ ਕਿ ਹਾਲੇ ਇੰਟਰਨੈਟ ਦੀ ਸੇਵਾ ਬਹਾਲ ਨਹੀਂ ਕੀਤੀ ਜਾਣੀ ਚਾਹੀਦੀ ਹੁਣ ਗੱਲ ਕਰਦੇ ਹਾਂ ਪੂਰਨ ਰੂਪ ਦੇ ਵਿੱਚ ਜਿਹੜੇ 4 ਜ਼ਿਲ੍ਹੇ ਨੇ ਉਹ ਕਿਹੜੇ-ਕਿਹੜੇ 4 ਜ਼ਿਲ੍ਹੇ ਨੇ ਜਿੱਥੇ ਇੰਟਰਨੈਟ ਦੀ ਸੇਵਾ ਹਾਲੇ ਵੀ ਬੰਦ ਰੱਖੀ ਜਾਵੇਗੀ ਅਗਲੇ 24 ਘੰਟਿਆਂ ਤੱਕ ਹੋ ਸਕਦਾ ਹੈ ਅਗਲੇ 24 ਘੰਟਿਆਂ ਤੱਕ ਉੱਥੇ ਇੰਟਰਨੈਟ ਸੇਵਾਵਾਂ ਖੋਲੀਆਂ ਜਾਣ ਜਾਂ ਹਾਲੇ ਬੰਦ ਰੱਖਿਆ ਜਾਣ ਇਸ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਅੱਜ ਜਿਹੜਾ ਤਾਜ਼ਾ ਨੋਟੀਫਿਕੇਸ਼ਨ ਆਇਆ ਉਸ ਦੇ ਵਿੱਚ ਇੱਕ ਗੱਲ ਸਾਫ਼ ਕੀਤੀ ਗਈ ਹੈ ਕਿ ਜ਼ਿਲ੍ਹਾ ਤਰਨਤਾਰਨ ਮੋਗਾ ਫਿਰੋਜ਼ਪੁਰ ਤੇ ਸੰਗਰੂਰ ਇਹ ਚਾਰੋਂ ਜ਼ਿਲ੍ਹੇ ਨੇ ਜਿੱਥੇ ਪੂਰਨ ਰੂਪ ਦੇ ਵਿੱਚ ਇੰਟਰਨੈਟ ਸੇਵਾਵਾਂ ਹਾਲੇ ਵੀ ਠੱਪ ਰਹਿਣਗੀਆਂ ਹੁਣ ਇਹ ਚਾਰ ਜ਼ਿਲ੍ਹੇ ਕਿਉਂ ਚੁਣੇ ਗਏ ਨੇ ਕਿਵੇਂ ਚੁਣੇ ਗਏ ਨੇ ਇਸ ਬਾਰੇ ਤਾਂ ਇਨਪੁਟ ਕੋਈ ਨਹੀਂ ਦਿੱਤੀ ਗਈ ਖੁੱਲ ਕੇ ਪੁਲਿਸ ਦੇ ਵੱਲੋਂ ਪਰ ਗ੍ਰਹਿ ਮੈਕਮੇਂ ਦੇ ਵੱਲੋਂ ਲਗਾਤਾਰ ਜਿਹੜੇ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਇੰਟਰਨੈਟ ਸੇਵਾ ਬੰਦ ਕਰਨ ਨੂੰ ਲੈ ਕੇ ਉਸ ਦੇ ਵਿੱਚ ਮੋٹے ਰੂਪ ਦੇ ਵਿੱਚ ਦੋ ਗੱਲਾਂ ਸਾਹਮਣੇ ਤੇ ਸਪਸ਼ਟ ਤੇ ਸਾਫ਼ ਹੋ ਗਈਆਂ ਨੇ ਇੱਕ ਤਾਂ ਦੋ ਜ਼ਿਲ੍ਹੇ ਉਹ ਜਿੱਥੇ ਕੁਝ ਹਿੱਸਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਰਹੇਗੀ ਉਹ ਕਿਹੜੇ ਨੇ ਅੰਮ੍ਰਿਤਸਰ ਦੀ ਸਬ ਡਿਵੀਜ਼ਨ ਅਜਨਾਲਾ ਔਰ ਦੂਸਰੇ ਪਾਸੇ ਜਿਹੜਾ ਮੁਹਾਲੀ ਦਾ ਜਿਹੜਾ ਹੈ ਉੱਥੇ 에어ਪੋਰਟ ਰੋਡ ਦੇ ਨਾਲ ਲੱਗਦੇ ਖੇਤਰ ਤੇ ਵਾਈਪੀਐਸ ਚੌਂਕ ਜਿੱਥੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਕੁਝ ਹਿੱਸਿਆਂ 'ਚ ਇੰਟਰਨੈਟ ਬੰਦ ਅਗਲੇ 24 ਘੰਟਿਆਂ ਲਈ ਔਰ ਤਰਨਤਾਰਨ ਤੋਂ ਲੈ ਕੇ ਫਿਰੋਜ਼ਪੁਰ, ਮੋਗਾ, ਸੰਗਰੂਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਚਾਰੇ ਜਿਹੜੇ ਨੇ ਤਕਰੀਬਨ ਤਕਰੀਬਨ ਜਿਹੜਾ ਮਾਲਵਾ ਖੇਤਰ ਦੇ ਵਿੱਚ ਹੀ ਪੈਂਦੇ ਨੇ ਤਰਨਤਾਰਨ ਦਾ ਕੁਝ ਹਿੱਸਾ ਦੁਆਬੇ ਨਾਲ ਵੀ ਲੱਗਦਾ ਹੈ, ਮਾਝੇ ਨਾਲ ਵੀ ਲੱਗਦਾ ਹੈ। ਤਾਂ ਤਰਨਤਾਰਨ ਦੇ ਵਿੱਚ ਵੀ ਇੰਟਰਨੈਟ ਹੈ ਜਿਹੜਾ ਬੰਦ ਰੱਖਣ ਦੀ ਗੱਲ ਕਹੀ ਗਈ ਹੈ ਹੁਣ ਦੇਖਦੇ ਹਾਂ ਕਿ ਅਗਲੇ 24 ਘੰਟਿਆਂ ਤੋਂ ਬਾਅਦ ਸਰਕਾਰ ਇਸ ਮਸਲੇ 'ਚ ਕੀ ਫੈਸਲਾ ਲੈਂਦੀ ਹੈ ਪਰ ਬਾਕੀ ਲੋਕਾਂ ਦੇ ਲਈ ਘਟੋ ਘਟਰਾਹ ਦੀ ਖਬਰ ਹੈ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਲਈ ਕਿ ਉੱਥੇ ਇੰਟਰਨੈਟ ਸੇਵਾਵਾਂ ਸੇਵਾਵਾਂ ਮਾਂ ਨੇ ਜਿਹੜੀਆਂ ਅੱਜ 12 ਵਜੇ ਤੋਂ ਬਹਾਲ ਨੇ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਨੇ ਤਾਂ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਜਿੱਥੇ-ਜਿੱਥੇ ਵੀ ਨਾਕੇਬੰਦੀ ਕਰਕੇ ਪੁਲਿਸ ਦੇ ਜ਼ਰੀਏ ਬੈਠੀ ਹੈ ਜਾਂ ਫਿਰ ਪੰਜਾਬ ਪੁਲਿਸ ਦੇ ਸਰਚ ਆਪਰੇਸ਼ਨ ਜਾਰੀ ਨੇ ਕਈ ਥਾਵਾਂ ਦੇ ਉੱਤੇ ਪੁਲਿਸ ਦੀ ਗਿਣਤੀ ਬਹੁਤ ਜ਼ਿਆਦਾ ਲਗਾਈ ਗਈ ਹੈ ਜਿਸ ਦਿਨ 18 ਤਰੀਕ 18 ਮਾਰਚ ਨੂੰ ਇਹ ਆਪਰੇਸ਼ਨ ਕੀਤਾ ਗਿਆ ਜਿੱਥੇ ਛਾਪੇ ਮਾਰੀਆਂ ਵੀ ਕੀਤੀਆਂ ਗਈਆਂ ਨਾਕੇਬੰਦੀ ਵੀ ਕੀਤੀ ਗਈ ਅਮਰਿਤਪਾਲ ਦੇ ਕੁਝ ਸਾਥੀਆਂ ਨੂੰ ਉਸੇ ਦਿਨ ਰੀਟੇਨ ਕਰਕੇ ਅਸਾਮਵਾਲ ਨੂੰ ਰੋਖ ਕਰ ਦਿੱਤਾ ਗਿਆ ਚਾਰ ਤੋਂ ਪੰਜ ਸਾਥੀ ਦੱਸੇਗੇ ਕਿ ਜਿਹੜੇ ਅਸਾਮਵਾਲ ਨੂੰ ਪੁਲਿਸ ਆ ਜਿਹੜੀ ਉਹ ਲੈ ਜਾਂਦੀ ਹੈ ਡਿਟੈਂਸ਼ਨ ਸੈਂਟਰ ਦੇ ਵਿੱਚ ਔਰ ਉਸ ਤੋਂ ਇਲਾਵਾ ਇੱਕ ਗਿਣਤੀ ਆਈ ਸੀ 78 ਵੀ ਇਕੱਠੇ ਸਾਥੀ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਰਿਟੇਨ ਕੀਤੇ ਗਏ ਉਸ ਤੋਂ ਇਲਾਵਾ ਜਿਹੜੇ ਆ ਬੀਤੇ ਦਿਨ ਆਈਜੀ ਸੁਖਚੈਨ ਸਿੰਘ ਗਿੱਲ ਨੇ ਹੈੱਡਕੁਆਰਟਰ ਪੰਜਾਬ ਪੁਲਿਸ 'ਚ ਬੈਠੇ ਨੇ ਉਹਨਾਂ ਨੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜੇ ਉਹਨਾਂ ਦੀ ਜਾਣਕਾਰੀ ਨੂੰ ਆਧਾਰ ਬਣਾਇਆ ਜਾਵੇ ਤਾਂ ਉਸ ਦੇ ਵਿੱਚ ਇਹ ਗੱਲ ਕਹੀ ਗਈ ਕਿ 144 ਹੁਣ ਤੱਕ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਅਮਰਿਤਪਾਲ ਦੇ ਸਾਥੀ ਪਰ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੁਝ ਵੀ ਸਾਫ ਨਹੀਂ ਕੀਤਾ ਗਿਆ ਇਹ ਕਿਹਾ ਗਿਆ ਹੈ ਕਿ ਭਾਲ ਜਾਰੀ ਹੈ ਹਾਲਾਂਕਿ ਬਹੁਤੇ ਹਲਕਿਆਂ ਦੇ ਵਿੱਚ ਚਰਚਾ ਇਹ ਹੈ ਕਿ ਗ੍ਰਿਫਤਾਰੀ ਤਾਂ ਜਾਂ ਰਿਟੈਂਸ਼ਨ ਆ ਜਿਹੜੀ ਉਹ ਅਮਰਿਤਪਾਲ ਸਿੰਘ ਦੀ ਵੀ ਉਸਦੇ ਸਾਥੀਆਂ ਦੇ ਨਾਲ ਹੋ ਗਈ ਕਿਉਂਕਿ ਪੁਲਿਸ ਫੋਰਸ ਐਨੀ ਜ਼ਿਆਦਾ ਸੀ ਜੇ ਰਿਟੈਂਸ਼ਨ ਅਡੇਟੇਨ ਉਸਦੇ ਨਹੀਂ ਹੋ ਪਾਇਆ ਤਾਂ ਇਸ ਦਾ ਮਤਲਬ ਪੁਲਿਸ ਦੇ ਵਿੱਚ ਕਾਬਲੀਅਤ ਦੇ ਉੱਤੇ ਵੀ ਸ਼ੱਕ ਕਰਨਾ ਬਣਦਾ ਹੈ ਕਿ ਐਨੀ ਫੋਰਸ ਹੋਣ ਦੇ ਬਾਵਜੂਦ ਵੀ ਸੈਂਟਰ ਦੇ ਨਾਲ ਮਿਲ ਕੇ ਵੀ ਆਪਰੇਸ਼ਨ ਜੇ ਕੀਤਾ ਜਾਵੇ ਤਾਂ ਇੱਕ ਸ਼ਖਸ ਜਿਸ ਦੇ ਲਈ ਸਾਰਾ ਕੁਝ ਕੀਤਾ ਗਿਆ ਤਾਂ ਉਹ ਕਿਵੇਂ ਫਰਾਰ ਹੋ ਸਕਦਾ ਹੈ ਕਿਵੇਂ ਪਗੋੜਾ ਹੋ ਸਕਦਾ ਹੈ ਹੈਰਾਨੀ ਜਨ ਗੱਲ ਇਹ ਹੈ ਕਿ ਪਹਿਲੀ ਵਾਰ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਪਗੋੜਾ ਕਿਸੇ ਨੂੰ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਅਦਾਲਤਾਂ ਦੇ ਵਿੱਚ ਜਦੋਂ ਮਸਲੇ ਜਾਂਦੇ ਨੇ ਤੇ ਅਦਾਲਤ ਕੋਲ ਜੇ ਪੇਸ਼ੀ ਨਹੀਂ ਹੁੰਦੀ ਤਾਂ ਉਦੋਂ ਪਗੋੜਾ ਕਰਾਰ ਹੋਣ ਦੀ ਪ੍ਰਕਿਰਿਆ ਅਦਾਲਤ ਵਿੱਚ ਚੱਲਦੀ ਹੈ ਹੁਣ ਦੋ ਗੱਲਾਂ ਤਾਂ ਸਾਫ਼ ਨੇ ਇੱਕ ਪਾਸੇ ਅਮਰਿਤਪਾਲ ਸਿੰਘ ਦੀ ਭਾਲ ਜਾਰੀ ਕਰਨ ਦੀ ਗੱਲ ਕਹਿੰਦੀ ਹੈ ਪੰਜਾਬ ਪੁਲਿਸ ਦੂਜੇ ਪਾਸੇ ਜਿਹੜੇ ਸੈਂਕੜੇ ਤੋਂ ਵੱਧ ਸਾਥੀ ਨੇ ਅਮਰਿਤਪਾਲ ਸਿੰਘ ਦੇ ਜਿਨ੍ਹਾਂ ਦਾ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਨਾਲ ਸਿੱਧੇ ਜਾ ਸਿੱਧੇ ਤੌਰ ਤੇ ਸਬੰਧ ਹੈ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੌਲੀ ਹੌਲੀ ਕਰਕੇ ਬਹੁਤ ਸਾਰੇ ਮਾਪਿਆਂ ਨੂੰ ਸ਼ੱਕ ਹੈ ਕਿ ਸਾਡੇ ਜਿਹੜੇ ਪੁੱਤ ਨੇ ਜਾਂ ਸਾਡੇ ਜੀ ਨੇ ਪਰਿਵਾਰ ਦੇ ਉਹਨਾਂ ਦਾ ਕੋਈ ਸਿੱਧਾ ਸਬੰਧ ਰਿਹਾ ਹੀ ਨਹੀਂ ਖਾਲਸਾ ਵਹੀਰ ਦਾ ਜਾਂ ਫਿਰ ਕਿਸੇ ਹੋਰ ਨਸ਼ੇ ਵਿਰੋਧ ਚਲਾਈ ਗਏ ਮਹੀਮ ਦਾ ਹਿੱਸਾ ਜ਼ਰੂਰ ਰਹੇ ਨੇ ਕੋਈ ਅਜਿਹੇ ਨੌਜਵਾਨ ਸੀ ਜਿਹੜੇ ਨਸ਼ਾ ਛੱਡਣ ਦੇ ਕਰਕੇ ਵੀ ਹਿੱਸਾ ਰਹੇ ਜੱਲੂਪੁਰ ਖੇੜੇ ਦੇ ਵਿੱਚ ਤਾਂ ਉਹਨਾਂ ਮਾਪਿਆਂ ਨੂੰ ਵਿਸ਼ਵਾਸ ਕਿ ਸਾਡੇ ਪੁੱਤਰਾਂ ਦੇ ਉੱਤੇ ਕਾਰਵਾਈ ਨਾ ਕੀਤੀ ਜਾਵੇ ਉਹ ਨਸ਼ਾ ਛੱਡਣ ਗਏ ਸੀ ਪਰ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਉਹਨਾਂ ਇਸ ਮਸਲੇ ਦੇ ਵਿੱਚ ਸਹੀ ਤੇ ਸਪਸ਼ਟ ਜਾਣਕਾਰੀ ਕਿੰਨੀ ਕੁ ਪੰਜਾਬ ਪੁਲਿਸ ਮੁਹੱਈਆ ਕਰਵਾਉਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਜਿੱਥੋਂ ਤੱਕ ਰਹੀ ਗੱਲ ਇੰਟਰਨੈਟ ਸੇਵਾਵਾਂ ਠੱਪ ਹੋਣ ਦੀ ਜਾਂ ਖੁੱਲਣ ਦੀ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਕਿ ਕਿੱਥੇ-ਕਿੱਥੇ ਇੰਟਰਨੈਟ ਸੇਵਾਵਾਂ ਅੱਜ 12 ਵਜੇ ਤੋਂ ਬਹਾਲ ਹੋ ਗਈਆਂ ਨੇ ਔਰ ਕਿੱਥੇ ਕਿੱਥੇ ਹਾਲੇ ਵੀ ਬੰਦ ਰਹਿਣਗੀਆਂ ਤੁਸੀਂ ਜਿਹੜੇ ਰਹੇ ਲਗਾਤਾਰ ABC ਪੰਜਾਬ ਦੇ ਨਾਲ ਜੋ ਵੀ ਅਪਡੇਟ ਆਵੇਗਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ